दुनिया की गल करूँगा किसी भी वीडर के ऑप्शन नहीं आती, मतलब साड़ी सब तो साड़ी बेहतर तकनीक ये आ ए टू जैड जो मार्केट च वीडर होंगे ने उन्हों का गेयरबॉक्स ए लगा सीधा साडा वेखो जी साडा वेखो ऐटोमैटिक पहले ही बैलेंस बन गया जी जो इंडिया के जिन्ने ए टू जैड चल रहे साडा सब तो बेहतरीन का बैलेंस आ जी असी उस गल का दावा ठोकते हैं। प्रैक्टिकल च असी गल करांगे भी साडा इन जिन्ना कोई बैलेंस वाला रूटावेटर कोई पावर वीडर लै आवे मार्केट के साडे नाल बराबर चला के देख ले जेहड़े तो काफ़ी वड्डे किसान ने जी लगभग उन्होंने 500 किला वाह के चेक कर लिया अज तक। अच्छा वो पिछे भाई सुखजिंदर ने एक वीडियो पाई पाई सी ओदे च कुछ लोगों ने मैं कमेंट ओदे च भी सुने वो झूठ कहंदे होऊगा एक गल क्लियर हो जाए। हाँ वो अपन गल क्लियर करते हैं ना कोई मतलब भी इन 192 आइटम लगती है जी गल समझो बिचली इन वीडर जी 192 आइटम 100 आइटम जी मैं खुद आप तैयार कराई है ਚੱਲਦਾ ਸਾਰੀ ਦਿਹਾੜੀ ਚਲਾਈ ਚਲੋ ਜਦੋਂ ਬੰਦੇ ਨੇ ਚਾਹ ਪਾਣੀ ਪੀਣਾ ਉਦੋਂ ਰੁਕੂਗਾ ਬੰਦੇ ਦੇ ਨਾਲ ਹੀ ਰੁਕਦਾ ਨਹੀਂ ਤਾਂ ਸਾਰੀ ਦਿਹਾੜੀ ਚਲਾਈ ਰੱਖੋ ਇਹ ਨਹੀਂ ਰੁਕਦਾ ਥਕਾਵਟ ਨਹੀਂ ਹੋਊਗੀ ਬੰਦੇ ਨੂੰ ਇਹ ਹੱਥ ਛੱਡ ਕੇ ਚੱਲਦਾ ਜੀ ਐਂ ਤੁਰਿਓ ਮਗਰ ਤੁਹਾਨੂੰ ਵੀਡੀਓ ਹੀ ਦਵਾਂਗੇ ਦੁਨੀਆ ਦੇ ਕਿਸੇ ਵੀ ਵੀਡਰ ਦੇ ਵਿੱਚ ਜਿਹੜਾ ਇੰਜਨ ਦੇ ਵਿੱਚ ਪੱਖਾ ਹੁੰਦਾ ਐਕਸਟਰਾ ਨਹੀਂ ਹੁੰਦਾ ਸਾਡਾ ਐਕਸਟਰਾ ਪੱਖਾ ਵੀ ਨਾਲ ਹੀ ਦਿੰਦੇ ਆ ਦੇਖੋ ਜਿਹੜਾ ਇੰਜਨ ਦੇ ਵਿੱਚ ਕੰਪਨੀ ਵਾਲੋਂ ਪੱਖਾ ਆਉਂਦਾ ਉਹ ਤਾਂ ਆਉਂਦਾ ਹੀ ਆਉਂਦਾ ਇੰਨੀ ਜਿੰਨੀ ਹਵਾ ਉਹ ਦੇ ਰਿਹਾ ਇੰਜਨ ਨੂੰ ਉਹ ਅੱਗੋਂ ਦੇ ਰਿਹਾ ਇਹ ਪਿੱਛੋਂ ਦੀ ਹਵਾ ਡਬਲ ਹਵਾ ਆ ਰਹੀ ਹੈ ਜੀ ਇੰਜਨ ਨੂੰ ਠੰਡਾ ਰੱਖਣ ਆ ਹੁਣ ਆਪਾਂ ਆ ਗੇਅਰ ਲੱਗ ਗਿਆ ਬੈਲਟਾਂ ਟਾਈਟ ਹੋ ਗਏ ਹੁਣ ਥੱਲੇ ਗੇਅਰ ਬਾਕਸ ਨੂੰ ਪਾਵਰ ਮਿਲ ਗਈ ਉਹ ਚੱਲਣ ਲੱਗ ਪਏ ਠੀਕ ਆ ਆਈਡਲ ਟਾਈਟ ਹੋ ਗਿਆ ਆਈਡਲ ਟਾਈਟ ਹੋ ਗਿਆ ਜੀ ਕੱਲ ਨੂੰ ਜੇ ਬੈਲਟ ਢਿੱਲੀ ਹੁੰਦੀ ਆ ਆਪਾਂ ਆਈਡਲ ਵਿੱਚ ਰਹੀ ਆ ਉਹਨੂੰ ਆਪਾਂ ਅੱਗੇ ਕਰ ਸਕਦੇ ਹਾਂ। ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਵਿਖਾਉਣ ਲੱਗੇ ਹਾਂ ਛੋਟੇ ਰੋਟਾਵੇਟਰ। ਵੈਸੇ ਆਮ ਰੋਟਾਵੇਟਰ ਜ਼ਿਆਦਾ ਚਾਈਨੀਜ਼ ਹੁੰਦੇ ਆ ਲੇਕਿਨ ਅੱਜ ਵਾਲੇ ਜਿਹੜੇ ਰੋਟਾਵੇਟਰਾਂ ਦਾ ਇਹ ਇੱਥੋਂ ਦੇ ਬਣੇ ਹੋਏ ਆ ਮੇਡ ਇਨ ਇੰਡੀਆ ਜਾਂ ਮੇਡ ਇਨ ਪੰਜਾਬ ਕਹਿ ਸਕਦੇ ਆਪਾਂ। ਕਿੰਨੇ HP ਦਾ ਇਹਦੇ ਵਿੱਚ ਇੰਜਨ ਲੱਗਾ ਹੋਇਆ ਕੀ ਕੀਮਤ ਆ ਅਤੇ ਕਿੰਨਾ ਲੰਬਾ ਸਮਾਂ ਇਹ ਚੱਲ ਸਕਦਾ ਜੀ। ਆਪਣੇ ਨਾਲ ਹੋਣਗੇ ਜੀ ਹਰਪ੍ਰੀਤ ਸਿੰਘ ਢਿੱਲੋਂ ਐਗਰੋਟੈਕ ਤਲਵੰਡੀ ਭਾਈ ਤੋਂ ਜਿਨ੍ਹਾਂ ਕੋਲ ਜਗਤਜੀਤ ਦੀ ਏਜੰਸੀ ਆ ਅਤੇ ਨਾਲ ਇਹ ਖੁਦ ਦੇ ਤਿਆਰ ਕੀਤੇ ਹੋਏ ਇਹਨਾਂ ਦੇ ਰੋਟਾਵੇਟਰ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ, ਤੁਸੀਂ ਇਹ ਰੋਟਾਵੇਟਰ ਤਿਆਰ ਕਰਦੇ ਹੋ ਕਿੰਨਾ ਸਮਾਂ? ਭਾਈ ਸਾਹਿਬ ਅਸੀਂ ਜਿਹੜੇ ਆਪਣੇ ਖੁਦ ਜਿਹੜੇ ਤਿਆਰ ਕੀਤੇ ਆ ਜੀ। ਹਾਂਜੀ ਸਾਡੀ ਜਿਹੜੀ ਤਿਆਰੀ ਸੀ 2015 'ਚ ਅਸੀਂ ਇਹਨੂੰ ਮਤਲਬ ਵੀ ਬਣਾਉਣਾ ਚਾਲੂ ਕਰਤਾ ਸੀ। 2.5 ਸਾਲ ਲੱਗੇ ਸੀ ਇਹਨੂੰ ਕੰਪਲੀਟ ਕਰਨ ਲੱਗਿਆ। ਠੀਕ ਆ, ਮਤਲਬ ਇੰਨਾ ਸਮਾਂ ਲੱਗਾ ਇਹਨੂੰ ਪੂਰੇ ਮਤਲਬ ਪੂਰਾ A to Z ਨੂੰ ਕੰਪਲੀਟ ਕਰਨ ਲੱਗਿਆ ਸਾਨੂੰ। ਠੀਕ ਹੈ, ਅਸੀਂ ਇਹਨੂੰ 2018 ਦੇ ਵਿੱਚ ਅਸੀਂ ਲਾਂਚ ਕੀਤਾ ਸੀ। 2018 ਤੋਂ ਲੈ ਕੇ ਹੁਣ ਅੱਜ 23 ਆ ਗਿਆ। 3 ਸਾਲ ਜਾਨੀ ਕਿ R&D ਚੱਲੀ ਹੈ ਤੇ R&D ਚੱਲੀ ਹੈ ਜੀ। ਠੀਕ ਹੈ, ਮਤਲਬ ਇਹਨੂੰ ਜੋ ਕਮੀਆਂ ਸੀਗੀਆਂ ਕੱਢਦੇ ਅਸੀਂ 18 ਤੱਕ ਇਹਨੂੰ ਫਾਈਨਲ ਕੀਤਾ ਸੀਗਾ। ਫਿਰ ਉਸ ਤੋਂ ਅੱਗੇ ਫਿਰ 18 ਤੋਂ ਬਾਅਦ ਅਸੀਂ ਮਾਰਕੀਟ ਦੇ ਵਿੱਚ ਇਹਨੂੰ ਆਪਣਾ ਮਤਲਬ ਅੱਛੇ ਪ੍ਰਭਾਵ ਦੇ ਨਾਲ ਇਹਨੂੰ ਲਾਂਚ ਕੀਤਾ ਸੀਗਾ। ਬਾਕੀ ਜਿਵੇਂ ਮੈਂ ਦੇਖ ਰਿਹਾ ਜਿਵੇਂ ਆਮ ਆਪਾਂ ਰੋਟਾਵੇਟਰ ਦੇਖਦੇ ਉਹਦੀ ਬਣਤਰ ਨਾਲ ਉਹਦੀ ਕਾਫੀ ਬਣਤਰ ਅਲੱਗ ਆ। ਜਿਵੇਂ ਸਿੰਪਲ ਜੀ ਬੈਲਟ ਪਾਈ ਆ, ਬਿਲਕੁਲ ਜੀ, ਐਡਲ ਲਾਇਆ ਹਨਾ, ਐਡਲ ਲਾਇਆ ਜੀ, ਤੇ ਜਿਹੜਾ ਇਹਦੇ ਥੱਲੇ ਗੇਅਰ ਬਾਕਸ ਹੈ ਚਾਈਨੀ ਜਾਂ ਤੁਸੀਂ ਆਪਦੇ ਤਿਆਰ ਕਰਵਾਇਆ ਇਹ ਵਾਲਾ? ਢਿੱਲੋਂ ਪਾਵਰ ਦਾ ਆਪਣਾ ਹੀ ਹੈ ਜੀ। ਠੀਕ ਹੈ, ਟੋਟਲ A to Z ਗੇਅਰ ਬਾਕਸ ਇਹ ਆਪਣੀ ਢਲਾਈ ਆਪਣੀ ਆ, ਪਲੇਟਾਂ ਵਗੈਰਾ ਜੋ ਗੇਅਰ ਆ ਤੇ ਵਰਮ ਛਾਵਟਾਂ ਮਾਰਕੀਟ 'ਚ ਕਿਤੋਂ ਨਹੀਂ ਦੀਆਂ ਅਵੇਲੇਬਿਲਟੀ ਹੈਗੀ। ਠੀਕ, ਕਲੀਅਰ ਗੱਲ ਆ ਜੀ, ਕੋਈ ਤੁਹਾਨੂੰ ਕੋਈ ਧੋਖੇ ਨਾਲ ਹੀ ਆਪਾਂ ਚੀਜ਼ ਸੇ ਲਈਏ, ਸਾਡੇ ਤੋਂ ਹੀ ਮਿਲਣਾ ਕੱਲ ਤੁਹਾਡੇ ਤੋਂ ਹੀ ਮਿਲਣਾ। ਹਾਂ, ਮਾਰਕੀਟ ਦੇ ਵਿੱਚ ਇਹਦਾ ਕੁਝ ਨਹੀਂ ਮਿਲਣਾ। ਇਹਦੀ ਲਾਈਫ ਕਿੰਨੀ ਕਹੂਗੀ ਕਿਉਂਕਿ ਸਭ ਤੋਂ ਜ਼ੋਰ ਜ਼ਿਆਦਾ ਇਹਦੇ ਤੇ ਆਉਣਾ ਲਾਈਫ ਆ ਜੀ? ਲਗਭਗ ਜਿਹੜੇ ਤਾਂ ਕਾਫੀ ਵੱਡੇ ਕਿਸਾਨ ਨੇ ਜੀ, ਹਾਂ, ਲਗਭਗ ਉਹਨਾਂ ਨੇ 500 ਕਿਲਾ ਵਾਹ ਕੇ ਇਹਨੂੰ ਚੈੱਕ ਕਰ ਲਿਆ ਅੱਜ ਤੱਕ। ਅੱਛਾ, ਉਹ ਪਿੱਛੇ ਬਾਈ ਸੁਖਜਿੰਦਰ ਨੇ ਇੱਕ ਵੀਡੀਓ ਪਾਈ ਸੀ, ਉਹਦੇ 'ਚ ਕੁਛ ਲੋਕਾਂ ਨੇ ਮੈਂ ਕਮੈਂਟ ਉਹਦੇ 'ਚ ਵੀ ਸੁਣੇ, ਉਹ ਝੂਠ ਕਹਿੰਦੇ ਹੋਊਗਾ ਇਹ ਗੱਲ ਕਲੀਅਰ ਹੋ ਜਾਏ? ਹਾਂ, ਉਹ ਆਪਾਂ ਗੱਲ ਕਲੀਅਰ ਕਰਦੇ ਹਾਂ ਨਾ। ਹੁਣ ਬਹੁਤ ਜਿਹੜੇ ਕਿਸਾਨ ਵੀਰ ਆ ਜਿਹੜੇ ਸਬਜ਼ੀ ਦਾ ਕੰਮ ਨਹੀਂ ਕਰਦੇ, ਉਹਨਾਂ ਨੂੰ 500 ਕਿਲੇ ਦੀ ਪਰਿਭਾਸ਼ਾ ਦਾ ਪਤਾ ਨਹੀਂ। ਕਾਰਨ ਕੀ ਹੈ ਜੀ? ਵੇਖੋ, 500 ਕਿਲੇ ਦੇ ਵਿੱਚ ਹੁਣ ਆਪਾਂ ਟਮਾਟਰ ਦੀ ਗੱਲ ਕਰਾਂਗੇ, ਟਮਾਟਰ ਦੇ ਵਿੱਚ ਘੱਟੋ ਘੱਟ ਵੀ 3 ਫੁੱਟ ਜਗ੍ਹਾ ਛੱਡ ਕੇ 36 ਇੰਚੀ ਚੱਲ, ਮਤਲਬ ਵੀ ਜਿਹੜਾ ਬੈੱਡ ਹੁੰਦਾ ਜਿਹਦੇ ਉੱਪਰ ਟਮਾਟਰ ਲੱਗਾ ਹੁੰਦਾ ਉਹਨੂੰ ਨਹੀਂ ਵਾਹੁਣਾ ਹੁੰਦਾ। ਉਹਦੇ ਨਾਲ ਜਿਹੜੀ ਥੱਲੇ ਖਾਲੀ ਜਿੱਥੇ ਪਾਣੀ ਚੱਲਦਾ ਸਿਰਫ ਉਹਨੂੰ ਹੀ ਵਾਹੁਣਾ ਹੁੰਦਾ, ਉਹਦੀ ਮਿੱਟੀ ਪੋਲੀ ਕਰਕੇ ਉਹਨੂੰ ਟਮਾਟਰ ਦੇ ਮੋਢ ਨਾਲ ਲਾਉਣੀ ਹੁੰਦੀ ਆ। ਠੀਕ ਆ, ਜਦੋਂ ਵੀ ਚੱਲਣਾ ਇਹਨੇ 1 ਏਕੜ ਦੇ ਵਿੱਚ ਇਹਨੇ 50 ਚੱਕਰ ਲਾਉਣੇ ਨੇ ਸਿਰਫ। ਠੀਕ ਆ, ਜਿਹੜੀ ਇਹਦੀ ਚੱਲਣ ਦੀ ਸਪੀਡ ਆ ਜੀ 47 ਸਕਿੰਟ ਦੇ ਵਿੱਚ 1 ਏਕੜ ਨੂੰ ਪਾਰ 200 ਫੁੱਟ ਪਾਰ ਲੰਘ ਜਾਂਦਾ। ਮਤਲਬ ਜੇ ਹੁਣ ਤੁਸੀਂ ਸਕਿੰਟਾਂ 'ਚ ਗੱਲ ਕਰੋਗੇ ਜਾਂ ਮਿੰਟਾਂ 'ਚ ਆ ਜਾਈਏ ਆਪਾਂ, 50 ਚੱਕਰ ਨੇ, 50 ਹੀ ਮਿੰਟ ਲਾ ਲਓ, ਚਲੋ ਮੋਟਾ, ਹਾਂ ਮੋਟਾ 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 ਲਾ ਲਓ ਹੈ ਨਾ ਜੀ, 50 ਹੀ ਚੱਕਰ ਨੇ, 50 ਚੱਕਰ ਲਾਉਣੇ, 1 ਮਿੰਟ 'ਚ 1 ਗੇੜਾ ਪੂਰਾ ਕਰ ਲਿਆ ਜੀ, 50 ਮਿੰਟ 'ਚ 1 ਕਿੱਲਾ ਕਰ ਰਿਹਾ ਜੀ। ਇੱਕ ਦਿਨ ਦੇ ਵਿੱਚ ਆਪਾਂ ਕਿੰਨੇ ਘੰਟੇ ਚਲਾ ਸਕਦੇ ਹਾਂ? ਘੱਟ ਤੋਂ ਘੱਟ ਐਵਰੇਜ 10 ਘੰਟੇ। ਤੁਸੀਂ ਜਿਹੜੇ ਕੰਮ ਕਰਨ ਵਾਲੇ ਬੰਦੇ ਵੇਖੋ, ਉਹਨਾਂ ਨੇ ਸੁਬਾਹ ਚਲਾਉਣਾ, ਰਾਤ ਉਹਨਾਂ ਨੇ, ਕਿਉਂਕਿ ਨਿਬੇੜਨਾ ਹੁੰਦਾ, ਕਿਉਂਕਿ 500 ਕਿੱਲਾ
कोई घर की खेती वास्ते इन्ना नहीं चला सकता। हाँ। ये वो बंदे आ जिन्हां ने किराए ते चलाया इन्हें, ठीक है, उनकी एवरेज है हाईएस्ट। मतलब उनके विच दो सीजन आए उन्होंने, एक टमाटर का सीजन आया एक गोभी का आया। ये गोभी का टमाटर का मिक्स करके ही 500 किला बनया सी उन्हां दा, यानी आप कह दिए 500 घंटा ये 500 घंटा बन गया मोटा मोटा। हाँ। इंजन इन्ना चल गया, इन्ना चल गया। अच्छा जेड़ा इंजन है होंडा दा ओरिजिनल, ओरिजिनल होंडा दा इंजन है ते किन्ने ये एचपी दा? ये अपना 6.5 एचपी दा इंजन है जी। ਇਹਦੇ ਵਿੱਚ ਵੱਧ ਘੱਟ ਵੀ ਐਚ ਪੀ ਆਉਂਦਾ ਤੁਹਾਡਾ ਲਾਉਣੇ ਜਾਂ ਇੱਕੋ ਹੀ? ਨਹੀਂ ਅਸੀਂ ਮੈਨੂੰ ਜਿਹੜਾ ਸਾਡਾ ਹੁਣ ਜਿਹੜਾ ਟੌਪ ਦਾ ਸਾਡਾ ਹੁਣ ਇਹ ਸਾਡਾ ਮਤਲਬ ਵੀ 2023 ਦਾ ਮਾਡਲ ਆ ਸਾਡਾ ਨਵਾਂ। ਅੱਛਾ। ਇਹਦੇ 'ਚ ਅਸੀਂ ਜਿਹੜੀਆਂ ਹੋਰ ਕੋਈ ਮਤਲਬ ਸੁਧਾਰ ਕਰਨ ਵਾਲੇ ਸੀਗੇ ਅਸੀਂ ਹੁਣ ਕਰ ਦਿੱਤੇ ਹੋਰ ਵੀ, ਠੀਕ ਹੈ। ਪਿਛਲੇ ਸਾਡਾ ਬਹੁਤ ਅੱਛਾ ਸੀਗਾ, ਜਿਹੜੇ ਵੀਲ ਇਹਨਾਂ ਦੀ ਐਡਜਸਟਮੈਂਟ ਹੁਣ ਸਾਡੀ ਹੁੰਦੀ ਹੈ ਜੀ, 10 ਇੰਚ ਤੋਂ ਘੱਟ 10 ਇੰਚ ਇਹਨਾਂ ਦੀ ਦੂਰੀ ਹੋ ਜਾਂਦੀ ਆਪਸ ਵਿੱਚ। ਇਹ ਐਡਜਸਟਮੈਂਟ ਆ ਜੀ, ਹਾਂਜੀ, ਜਿਹੜੇ ਥੱਲੇ ਜਿਹੜੀ ਪੱਤੀ ਲੱਗੀ ਉਹਦੇ ਵਿੱਚ ਵੀ ਝਰੀ ਹੈ ਜੀ। ਅੱਛਾ। 10 ਇੰਚ, 12 ਇੰਚ, 14 ਇੰਚ, 16 ਇੰਚ, 18 ਇੰਚ, 20, 22 ਇੰਚ ਤੱਕ ਸਾਡੇ ਵੀਲ ਹੋ ਜਾਂਦੇ ਨੇ। ਇਹ ਦੂਜੇ 'ਚ ਕੋਈ ਆਪਸ਼ਨ ਨਹੀਂ ਆਉਂਦਾ? ਇਹ ਮਤਲਬ ਵੀ ਦੁਨੀਆ ਦੀ ਗੱਲ ਕਰੂੰਗਾ, ਕਿਸੇ ਵੀ ਵੀਡਰ ਦੇ ਵਿੱਚ ਇਹ ਆਪਸ਼ਨ ਨਹੀਂ ਆਉਂਦੀ। ਅੱਛਾ, ਠੀਕ ਹੈ ਜੀ। ਮਤਲਬ ਸਾਡੀ ਜਿਹੜੀ ਸਭ ਤੋਂ ਸਾਡੀ ਬਿਹਤਰ ਤਕਨੀਕ ਇਹ ਆ, A to Z ਜੋ ਮਾਰਕੀਟ 'ਚ ਵੀਡਰ ਹੁੰਦੇ ਨੇ ਉਹਨਾਂ ਦਾ ਗੇਅਰ ਬੋਕਸ ਐਂ ਲੱਗਾ ਸਿੱਧਾ, ਠੀਕ ਆ। ਸਾਡਾ ਵੇਖੋ ਜੀ, ਸਾਡਾ ਵੇਖੋ ਆਟੋਮੈਟਿਕ ਹੀ ਪਹਿਲੇ ਬੈਲੈਂਸ ਬਣ ਗਿਆ ਜੀ। ਹਾਂ। ਇਹਦਾ ਬੈਲੈਂਸ ਮਤਲਬ ਵੀ ਜੇ ਇੰਡੀਆ ਦੇ ਵਿੱਚ ਜਿੰਨੇ A to Z ਚੱਲ ਰਹੇ ਆ ਸਾਡਾ ਸਭ ਤੋਂ ਬਿਹਤਰ ਇਹਦਾ ਬੈਲੈਂਸ ਆ ਜੀ। ਅਸੀਂ ਉਹ ਗੱਲ ਦਾ ਦਾਅਵਾ ਠੋਕਦੇ ਹਾਂ, ਗੱਲੀ ਬਾਤੀ ਵਾਲਾ ਨਹੀਂ ਜੀ, ਪ੍ਰੈਕਟੀਕਲੀ ਦਾਅਵਾ ਹੈ ਸਾਡਾ। ਪ੍ਰੈਕਟੀਕਲ 'ਚ ਅਸੀਂ ਗੱਲ ਕਰਾਂਗੇ ਵੀ ਸਾਡਾ ਇਹਦੇ ਜਿੰਨਾ ਕੋਈ ਬੈਲੈਂਸ ਵਾਲਾ ਰੂਟਾਵੇਟਰ ਕੋਈ ਪਾਵਰ ਵੀਡਰ ਲੈ ਆਵੇ ਮਾਰਕੀਟ ਦੇ ਵਿੱਚ ਸਾਡੇ ਨਾਲ ਬਰਾਬਰ ਚਲਾ ਕੇ ਦੇਖ ਲਏ। ਸਭ ਤੋਂ ਜ਼ਿਆਦਾ ਇਹਦੀ ਜਿਹੜੀ ਜ਼ਰੂਰਤ ਪਈ ਆ ਸਾਨੂੰ ਇਹਦੀ ਵੀਲਸ ਦੀ, ਸਾਨੂੰ ਪਈ ਚਕੰਦਰ ਦੇ ਵਿੱਚ। ਅੱਛਾ, ਜਿਹੜਾ ਚਕੰਦਰ ਦਾ ਖੰਡ ਵਾਲਾ? ਖੰਡ ਵਾਲਾ ਜਿਹੜੇ, ਹਾਂ ਹਾਂ, ਚਿੱਟੇ ਰੰਗ ਦੇ, ਚਿੱਟੇ ਰੰਗ, ਠੀਕ ਹੈ। ਉਹ ਜਿਹੜਾ ਚਕੰਦਰ ਦੇ ਵਿੱਚ ਕਿਉਂ ਪਈ ਆ ਵੀ ਜਿਹੜਾ ਉੱਤੇ ਬੈੱਡ ਆ, ਬੈੱਡ ਦੀ ਗਡਾਈ ਹੁੰਦੀ ਆ 14 ਇੰਚੀ, ਉਹਦੇ ਨਾਲ ਥੱਲੇ ਖਾਲੀ ਜਿੱਥੇ ਪਾਣੀ ਚੱਲਦਾ ਉਹਦੀ ਮਸਾਂ ਹੀ ਚੜਾਈ 10 ਇੰਚੀ ਹੈ ਜੀ, ਠੀਕ ਆ। ਹੁਣ ਜਦੋਂ 14 ਇੰਚ ਸਾਡਾ ਸਟੈਂਡਰਡ ਸੀਗਾ, ਹਾਂ, ਪਰ ਹੁਣ ਜਦੋਂ ਉਹਨੇ ਖਾਲੀ ਚਲਾਉਣਾ ਉਹ ਕਿਵੇਂ ਚਲਾਊਗਾ? ਹਾਂ। ਇਹ ਫਿਰ 10 ਇੰਚੀ ਅਸੀਂ ਚਕੰਦਰਾਂ ਵਾਸਤੇ ਕੀਤਾ ਵੀ 10 ਇੰਚੀ ਚਕੰਦਰ ਅੱਗੋਂ ਵੀ ਵਹਾਈ 10 ਇੰਚੀ ਕਰੀ ਜਾਏ, ਮਗਰੋਂ ਇਹਦੇ ਵੀਲ ਵੀ 10 ਇੰਚੀ ਦੇ। ਜਿਹੜੇ ਇਹਦੇ ਇਹ ਵਾਲੇ ਬਲੇਡ ਆ, ਹਾਂਜੀ, ਜਿਵੇਂ ਰੋਟਾਵੇਟਰ ਦੇ ਬਲੇਡ ਹੁੰਦੇ ਆ, ਇਹ ਮਤਲਬ ਸੇਮ ਰੋਟਾਵੇਟਰ ਦੀ ਜੋ ਕੁਆਲਿਟੀ ਰੋਟਾਵੇਟਰ ਟਰੈਕਟਰ ਵਾਲੇ ਚੱਲਦੇ ਆ ਜੀ, ਇਹ ਉਹ ਸੇਮ ਕੁਆਲਿਟੀ ਬਲੇਡਾਂ ਦੇ ਆ। ਪਿੱਛੇ ਨਾਲ ਵੀ ਦੋ ਵੀ ਚਲਾ ਸਕਦੇ ਆ? ਹਾਂਜੀ। ਚਾਰ, ਇਸ ਤੋਂ ਵੱਧ ਵੀ ਸਾਨੂੰ ਜਾਂਦਾ? ਹਾਂਜੀ, ਵੱਧ ਵੀ ਜਾਂਦਾ, ਬਾਕੀ ਵੱਧ ਵੈਜੀਟੇਬਲ 'ਚ ਜ਼ਰੂਰਤ ਨਹੀਂ ਗੀ, ਠੀਕ ਹੈ। ਜੇ ਕਿਸੇ ਨੇ ਖੁੱਲ੍ਹੇ ਜਗ੍ਹਾ 'ਚ ਚਰਾਉਣੀ ਆ ਫਿਰ ਜ਼ਰੂਰਤ ਆ, ਅਦਰਵਾਈਜ਼ ਜ਼ਰੂਰਤ ਨਹੀਂ ਗੀ। ਜ਼ਿਆਦਾ ਇਹ ਕਿੱਥੇ ਜ਼ਿਆਦਾ ਵਰਤਿਆ ਜਾਂਦਾ ਆਪਾਂ ਕਹਿ ਸਕਦੇ ਹਾਂ? ਸਾਡਾ ਜੀ ਲਗਭਗ ਹੁਣ ਇਹ ਵੀਰ ਜੀ ਆਏ ਨੇ ਮੋਗੇ ਤੋਂ, ਅੱਛਾ, ਠੀਕ ਹੈ ਜੀ। ਇਹ ਹੁਣ ਭਾਈ ਸਾਹਿਬ ਅੱਜ ਮਤਲਬ ਵੀ ਕੋਈ ਅਸੀਂ ਪਲਾਨ ਨਾਲ ਨਹੀਂ ਬੁਲਾਏ ਜੀ, ਰੂਟੀਨ 'ਚ ਹੀ ਆ, ਖਰੀਦਣ ਵਾਸਤੇ ਆਏ। ਇਹ ਰਾਜਸਥਾਨ ਤੋਂ ਆਏ, ਕਰਨਪੁਰ ਤੋਂ ਜੀ। ਅਸੀਂ ਨਾ ਚੱਲਦਾ ਸਾਡੇ ਦੋ ਚੱਲਦੇ ਦੇਖੇ ਆ, ਗੋਭੀ ਦੀ ਗੋਡੀ ਉਹਨਾਂ ਨੇ ਕੀਤੀ ਆ, ਬਹੁਤ ਵਧੀਆ ਕੀਤੀ ਆ, ਲੇਬਰ ਦੀ ਕੋਈ ਲੋੜ ਨਹੀਂ ਪਈ ਅਤੇ ਵਧੀਆ ਗੋਡੀ ਕੀਤੀ ਕਰਕੇ ਅਸੀਂ ਅੱਜ ਖਰੀਦਣ ਵਾਸਤੇ ਆਏ ਹਾਂ। ਸਾਨੂੰ ਕੋਈ ਨਹੀਂ ਸੀ ਵੇਖਣ ਵਾਸਤੇ ਵੀ ਅੱਜ ਇਹਨਾਂ ਦਾ ਅਸੀਂ ਸਬਜ਼ੀ ਦਾ ਕੰਮ, ਗੋਭੀ ਦਾ, ਜਿਵੇਂ ਟਮਾਟਰ ਦਾ, ਖੀਰੇ ਦਾ। ਕਿਹੜਾ ਪਿੰਡ ਤੁਹਾਡਾ? ਸਾਡਾ ਰਾਉਕੇ ਕਲਾਂ, ਬੱਧਨੀ ਕਲਾਂ ਦੇ ਨੇੜੇ, ਬੱਧਨੀ ਕਲਾਂ ਦੇ ਨੇੜੇ ਰਾਉਕੇ ਕਲਾਂ। ਪਹਿਲਾਂ ਤੁਹਾਡੇ ਕੋਲ ਹੈਗਾ ਇਹ? ਸਾਡੇ ਰਿਸ਼ਤੇਦਾਰੀਆਂ ਕੋਲ ਹੈਗਾ, ਇੱਕ ਹੋਰ ਸਾਡੇ ਪਿੰਡ 'ਚ ਵੀ ਹੈਗਾ, ਬਹੁਤ ਵਧੀਆ ਚੱਲਦੇ ਆ। ਉਹਨੂੰ ਵੇਖ ਕੇ ਅਸੀਂ ਅੱਜ ਖਰੀਦਣ ਵਾਸਤੇ ਆਏ ਸੀਗੇ। ਅੱਜ ਖਰੀਦਣ ਵਾਸਤੇ ਆਏ ਨੇ, ਜਿਹਨਾਂ ਨੂੰ ਚਾਬੀ ਵੀ ਹੈਂਡ ਓਵਰ ਕਰਨੀ ਹੈ ਤੁਹਾਡੇ ਮਤਲਬ ਚੈਨਲ 'ਤੇ ਜੀ। ਅਤੇ ਇਹਦਾ ਪੈਟਰੋਲ ਦਾ ਖਰਚਾ ਕਿੰਨਾ ਗਾ? ਲਗਭਗ ਜੀ ਬਾਕੀ ਜ਼ਮੀਨਾਂ ਦਾ ਹਿਸਾਬ ਹੁੰਦਾ, ਜਿਹੜੇ ਬਿਲਕੁਲ ਸਹੀ ਗੱਲ ਹੈ। ਬਾਕੀ ਜਿਵੇਂ ਨੋਰਮਲ ਜ਼ਮੀਨਾਂ ਨੇ ਉੱਥੇ 1.25 ਲੀਟਰ ਵੀ ਖਾਂਦਾ, ਕਈਆਂ 'ਚ 1 ਲੀਟਰ ਵੀ ਖਾ ਜਾਂਦਾ, ਜੇ ਕੋਈ ਜ਼ਮੀਨਾਂ ਸਖਤ ਨੇ। ਮਤਲਬ ਵੀ 1 ਘੰਟੇ ਦੀ ਐਵਰੇਜ ਦੀ ਹੈਗੀ, ਐਵੇਂ ਕੋਈ ਕਹਿ ਜਾਂਦਾ ਵੀ 400 ਗ੍ਰਾਮ, ਕੋਈ 500, ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਜੀ। ਕਾਰਨ ਕੀ ਹੈ ਨਾ ਜੀ, ਦੇਖੋ ਸਾਡਾ ਪੈਟਰੋਲ ਕਿਉਂ ਖਾਂਦਾ, ਕਿਉਂਕਿ ਮਾਰਕੀਟ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਜਿਹੜੇ ਰੂਟਰ ਦੇ ਚੱਕਰ ਨੇ ਉਹਨਾਂ ਦੇ ਵੱਧ ਤੋਂ ਵੱਧ 130-35-40 ਤੱਕ ਆ, 100 RPM ਜਿਹੜੇ ਰੂਟਰ ਦੇ, ਠੀਕ ਹੈ ਜੀ। ਸਾਡੇ ਵਾਲੇ ਦੇ 190 ਨੇ RPM ਜ਼ਿਆਦਾ। ਕਿਉਂ ਕੀਤੇ ਆ ਵੀ, ਕਿਉਂਕਿ ਵੈਜੀਟੇਬਲ ਦਾ ਚਲਾਉਣਾ ਤਾਂ ਉਹਨੇ ਥੋੜ੍ਹੀ ਜਗ੍ਹਾ 'ਤੇ ਹੁੰਦਾ, ਜਿੰਨੀ ਮਿੱਟੀ ਉਹਨੂੰ ਵੱਧ ਬਰੀਕ ਦੇਵਾਂਗੇ ਆਪਾਂ ਨੂੰ ਉਨਾ ਹੀ ਫਾਇਦਾ। ਮਤਲਬ 1 ਪ੍ਰਸ਼ਨ 'ਚ ਹੀ ਕੰਮ ਕਰ ਦੂਗਾ ਨਾ, ਡਬਲ ਵਾਰੀ ਨਹੀਂ ਕਰਨਾ ਪਈ। ਸਾਡੇ RPM ਜ਼ਿਆਦਾ ਹੋਣ ਕਰਕੇ ਫਿਰ ਤੇਲ ਦੀ ਕੰਪਰੈਸ਼ਨ ਥੋੜ੍ਹੀ ਜਿਹੀ ਵਧੂਗੀ ਆਟੋਮੈਟਿਕ, ਕਿਉਂਕਿ RPM ਦਾ ਜਿਹੜਾ ਲੋਡ ਉਹ ਇੰਜਨ 'ਤੇ ਆਉਣਾ ਜੀ ਐਂਡ 'ਤੇ ਦਾ, ਅਤੇ ਮਿੱਟੀ ਵੀ ਉਹਨੀ ਕੁ ਉਨੀ ਬਰੀਕ ਕਰੂਗਾ। ਹਾਂ, ਬਿਲਕੁਲ ਬਰੀਕ ਕਰੂਗਾ। ਇਹ ਚੱਲਦਾ ਸਾਰੀ ਦਿਹਾੜੀ ਚਲਾਈ, ਚਲੋ ਜਦੋਂ ਬੰਦੇ ਨੇ ਚਾਹ ਪਾਣੀ ਪੀਣਾ ਉਦੋਂ ਰੁਕੂਗਾ, ਬੰਦੇ ਦੇ ਨਾਲ ਹੀ ਰੁਕਦਾ, ਨਹੀਂ ਤਾਂ ਸਾਰੀ ਦਿਹਾੜੀ ਚਲਾਈ ਰੱਖੋ, ਇਹ ਨਹੀਂ ਰੁਕਦਾ, ਥਕਾਵਟ ਨਹੀਂ ਹੋਊਗੀ ਬੰਦੇ ਨੂੰ। ਥਕਾਵਟ ਨਹੀਂ ਪੁੱਛਣ ਲੱਗਾ ਵੀ ਕਿੰਨਾ ਕੁ ਹੰਬ ਜਾਂਦਾ ਇਹ ਹੱਥ ਛੱਡ ਕੇ ਚੱਲਦਾ ਜੀ? ਅੱਛਾ, ਬਿਲਕੁਲ ਹੱਥ, ਮਤਲਬ ਇਹਨੂੰ ਸਿਰਫ ਮੋੜ ਤੇ ਹੱਥ, ਜਿਹੜੇ ਜਿਹੜੇ ਦਾ ਅੱਛੇ ਮੋੜ ਤੋਂ ਹੀ ਮੋੜ ਲਓ, ਵਧੀਆ ਸਿੱਧਾ ਚੱਲੂ, ਮੁੜ ਕੇ ਆਪੇ ਸਿੱਧਾ ਐਂ ਤੁਰੇ ਉਹ। ਮਗਰ ਤੁਹਾਨੂੰ ਵੀਡੀਓ ਨਹੀਂ ਦਵਾਂਗੇ, ਨਾ ਕੋਈ ਬੂਟਾ ਨਹੀਂ, ਹਾਂ ਬੂਟਾ ਨਹੀਂ, ਕੋਈ ਆਪਣਾ ਵੱਢਦਾ ਜਾਂ ਕੋਈ ਤੋੜਦਾ, ਇਹ ਸਿੱਧਾ ਜਾਊ ਆਪਣੇ ਆਪ ਹੀ, ਹੱਥ ਪਾਓ ਨਾ ਪਾਓ ਇਹਨੂੰ,
ਬਹੁਤ ਵਧੀਆ ਚੱਲਦਾ ਚਲਾ ਕੇ ਦੇਖਿਆ ਉਹ ਇਹਦੇ ਬਰਾਬਰ ਨਹੀਂ ਆਇਆ ਉਹ ਤਾਂ ਮੇਰੇ ਖਿਆਲ ਹੌਲੇ ਹਨ ਉਹ ਹੌਲੇ ਵਾਲੇ ਆ ਉਹ ਬੁੜਕ ਹੀ ਜਾਂਦੇ ਆ ਉੱਤੋਂ ਮਿੱਟੀ ਤਾਂ ਪੜਦੇ ਹੀ ਨਹੀਂ ਉਹ ਇਹ ਮਿੱਟੀ ਨੂੰ ਬਰੀਕ ਵੀ ਕਰਦਾ ਜ਼ੋਰ ਵੱਧ ਲੱਗਦਾ ਮੇਰੇ ਖਿਆਲ ਉਹ ਮਿੱਟੀ ਇਹ ਮਿੱਟੀ ਨੂੰ ਬਰੀਕ ਵੀ ਕਰਦਾ ਬੰਦੇ ਦਾ ਕਾਫੀ ਜ਼ੋਰ ਦਾ ਫਰਕ ਹੈ ਕਾਫੀ ਜ਼ਿਆਦਾ ਦੇਖੋ ਜੀ ਵੱਧ ਤੋਂ ਵੱਧ ਜੇ ਮੈਂਟੇਨੈਂਸ ਦੀ ਗੱਲ ਕਰਾਂਗੇ ਜੇ ਕੋਈ ਜਿਹੜਾ ਕੋਈ ਮੇਰਾ ਭਰਾ ਏਅਰ ਕੰਡਰ ਦੀ ਜਿਹੜਾ ਸਹੀ ਤਰ੍ਹਾਂ ਦੀ ਸੰਭਾਲ ਨਹੀਂ ਕਰਦਾ ਉਹਨੂੰ ਕੋਈ ਪ੍ਰੋਬਲਮ ਸਾਨੂੰ 100 ਪੀਸ ਦੇ ਪਿੱਛੇ ਇੱਕ ਦੋ ਪਿੱਛੇ ਆ ਜਾਂਦੀ ਆ ਜਿਹੜਾ ਕੋਈ ਵਿੱਚ ਇਹਦੇ ਕੋਈ ਆਲ ਵਗੈਰਾ ਪਾਉਣਾ ਬਹੁਤ ਜ਼ਰੂਰੀ ਇਹਦੇ ਵਿੱਚ ਅੱਛਾ ਜੇ ਉਹ ਨਹੀਂ ਪਾਉਂਦਾ ਤਾਂ ਅਦਰਵਾਇਜ਼ ਨਹੀਂ ਸਾਡਾ ਕੋਈ ਹੁੰਦਾ ਤੇਲ ਵਾਲਾ ਏਅਰ ਹਾਂਜੀ ਇਹ ਤੇਲ ਵਾਲਾ ਜੀ ਸਾਰਾ ਠੀਕ ਆ ਉਹ ਤਾਂ ਜੰਮਿਆ ਰਹਿੰਦਾ ਉੱਤੇ ਹਾਂਜੀ ਜੰਮ ਜਾਂਦਾ ਮਤਲਬ ਵੀ ਮਤਲਬ ਇਹਦਾ ਬਸ ਏਅਰ ਕੰਡਰ ਧਿਆਨ ਰੱਖੋ ਫਿਰ ਕੋਈ ਮੈਂਟੇਨੈਂਸ ਵਾਲੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਠੀਕ ਹੈ ਠੀਕ ਹੈ ਤੇ ਜੇ ਹੋਊਗਾ ਵੀ ਸਾਡੇ 2 ਸਾਲ ਦੀ ਗਰੰਟੀ ਹੈ ਜੀ ਇੰਜਨ ਦੀ ਮੈਨੂਫੈਕਚਰਿੰਗ ਫਾਲਟ ਦੀ ਜੇ ਅਗਲਾ ਘਟਾ ਖਚਾ ਕੇ ਲੈ ਕੇ ਆਏਗਾ ਉਹਦੀ ਗਰੰਟੀ ਨਹੀਂ ਹੋਊਗੀ ਕਲੀਅਰ ਚਲੋ ਉਹ ਤਾਂ ਜਾਈ ਗੱਲ ਪਤਾ ਲੱਗ ਜਾਂਦਾ ਉਹ ਤਾਂ ਮਿੱਟੀ ਖਿੱਚੀ ਹੈ ਮਿੱਟੀ ਖਿੱਚੀ ਦਾ ਜੀ ਹੈ ਨਾ ਅਦਰਵਾਇਜ਼ ਤੇ ਬਾਕੀ ਸਾਡੇ ਵੀਡਰ ਦੀ ਸਾਨੂੰ 1 ਸਾਲ ਦੀ ਫੁੱਲ ਪ੍ਰੋਪਰ ਆ ਸਾਡੀ ਗਰੰਟੀ ਆ A to Z 4 ਸਟਾਕ ਇੰਜਨ ਹੈ ਜੀ ਹਾਂਜੀ GX 200 ਮਾਡਲ ਅਸੀਂ ਲਾਉਂਦੇ ਹਾਂ ਆਪੋ ਗੱਲ ਕੀਤੀ ਵੀ ਇਹ ਇਹਦੋਂ ਘੱਟ ਵੀ ਲਾ ਰਹੇ ਆ ਤੁਸੀਂ ਇਹਦੇ ਵਿੱਚ ਕਿਸੇ ਦੇ ਵਿੱਚ ਉਹ ਅਸੀਂ ਜੇ ਸਾਡਾ ਹਾਂਜੀ ਜਿਹੜਾ ਥੋੜਾ ਸਸਤਾ ਮਾਡਲ ਉਹਦੇ ਚ ਅਸੀਂ GX 160 ਲਗਾਣੇ ਆਪਾਂ ਇਹਦੀ ਕੀਮਤ ਵਗੈਰਾ ਦੀ ਗੱਲ ਕਰਦੇ ਆ ਹਾਂਜੀ ਕਿੰਨੀ ਕੀ ਕੀਮਤ ਦਾ ਇਹ ਹੈਗਾ ਕੀਮਤ ਵੀਰ ਜੀ ਜਿਹੜਾ ਸਾਡਾ ਜਿਹੜਾ ਇਹ ਟੌਪ ਮਾਡਲ ਆ ਜੀ ਇਹ ਜਿਹੜਾ ਕਿਉਂਕਿ ਇਹਦਾ ਟਾਇਰ ਐਡਜਸਟਮੈਂਟ ਨੇ ਅੱਗੇ ਹੋਕਾ ਇਹਦੇ ਪਿੱਛੇ ਹੋਕਾ GX 200 ਇਹਨੂੰ ਮਤਲਬ ਵੱਡਾ ਇੰਜਨ ਲਾਇਆ ਨਾਲ ਅਸੀਂ ਇਹਦੀ 70,000 MRP ਹੈ ਜੀ 70,000 ਰੁਪਏ ਇਹਦੇ ਵਿੱਚ GST ਵਿੱਚ ਹੈ ਜਾਂ ਅਲੱਗ ਇਨਕਲੂਡ ਸਾਰਾ ਕੋ ਕੰਪਲੀਟ ਤੇ ਇਹਦੇ ਤੇ ਵੈਸੇ GST ਪੈਂਦੀ ਹੋਊਗੀ ਹੈ ਨਾ ਪੈਂਦੀ ਹੈ ਜੀ 12% ਆ ਜੀ ਠੀਕ ਹੈ ਜੀ ਇੱਕ ਸਾਡਾ ਮਾਡਲ ਹੈਗਾ ਇਹ ਉਹ ਵਾਲਾ ਮਾਡਲ ਆ ਜੀ ਆ ਵਾਲਾ ਹਾਂਜੀ ਇਹਨੂੰ ਮਤਲਬ GX 160 ਲਾਉਨੇ ਆ ਜੀ ਇੰਜਨ ਅਸੀਂ ਠੀਕ ਆ ਠੀਕ ਆ ਜੀ ਤੇ ਨਾਲ ਇਹਦੇ ਜਿਹੜੇ ਵੀਲ ਨੇ ਉਹ ਇਹਦੇ ਮਤਲਬ ਵੀ ਫਿਕਸ ਨੇ ਹਾਂ ਇਹਦੇ ਅੱਗੇ ਪਿੱਛੇ ਹੋਕਣੀ ਹੈਗੀ ਮਤਲਬ ਤੇ 3 ਇੰਚ ਜ਼ਿਆਦਾ ਆਡ ਉਹਦਾ ਇਹਦਾ ਅੰਤਰ ਆ ਬੇਸ ਮਾਡਲ ਕਹਿ ਦਈਏ ਹਾਂ ਉਹ ਬੇਸ ਆ ਜੀ ਇਹ ਟੌਪ ਮਾਡਲ ਆ ਸਾਡਾ ਇਹ ਸਾਡਾ 2023 ਚ ਲਾਂਚ ਕੀਤਾ ਜੀ ਅਸੀਂ ਉਹ 66,000 ਇਹ 70,000 ਦੋ ਸਾਡੇ ਰੇਟ ਨੇ ਜੀ ਬਾਕੀ ਜੇ ਇਸ ਤੋਂ ਥੱਲੇ ਆਉਣਾ ਸਾਡੇ ਕੋਲ ਪਿੱਛੇ ਆਪਣਾ ਨਾ ਆਪਣੇ ਰੈਡੀਮੇਡ ਮਾਡਲ ਆਉਂਦੇ ਸਾਡੇ ਕੋਲੇ ਤੇ ਇਹ ਵੀ ਆਪਣਾ ਮਤਲਬ ਵੀ ਜੇ ਕਿਸੇ ਨੇ ਘੱਟ ਰੇਟ ਲਾਉਣਾ ਮਤਲਬ ਇਹ ਵੇਖਣ ਨੂੰ ਤਾਂ ਉਹਨੋਂ ਵੱਡੇ ਆ ਵੱਡੇ ਆ ਜੀ ਬਸ ਹਾਂ ਮਤਲਬ ਵੱਡੇ ਨੂੰ ਕੋਈ ਜਦੋਂ ਆਪਾਂ ਨੂੰ ਵਾਈਬ੍ਰੇਸ਼ਨ ਆਊਗੀ ਉਦੋਂ ਹਾਂ ਜੇ ਕੋਈ ਬਾਗਾਂ ਵਿੱਚ ਕੋਈ ਖੁੱਲੀ ਜਗ੍ਹਾ ਚਲਾਉਣਾ ਅਸੀਂ ਫਿਰ ਉਹਨੂੰ ਇਹ ਦੇ ਦਿੰਨੇ ਆ ਠੀਕ ਆ ਵੈਜੀਟੇਬਲ ਸਾਡਾ ਉਹ ਮੇਨ ਸਾਡਾ 99% ਸਾਡਾ ਉਹ ਘੱਟ ਕਮਲ ਆ ਇਹ ਵੀ ਹੈ ਪੈਟਰੋਲ ਆ ਜੀ ਸਾਡੇ ਵਾਲੇ ਹੈਗੇ ਇਹ ਅਸੀਂ ਘੱਟ ਰੇਟ ਵਾਲੇ ਦੇ ਦਿੰਨੇ ਆ ਜੀ ਤੇ ਜਿਹੜਾ ਆਪਣੇ ਇਹਦੇ ਨਾਲ ਕੋਈ ਅਟੈਚਮੈਂਟ ਵੀ ਹਾਂ ਜੀ ਉਹ ਤਾਂ ਇਹ ਸਾਡਾ ਪਲੋ ਆ ਜੀ ਠੀਕ ਆ ਰੇਜਰ ਹੈ ਜਿਵੇਂ ਚਕੰਦਰ ਦੇ ਵਿੱਚ ਮਿੱਟੀ ਖਾਲੀ ਨੂੰ ਚੜਾ ਦੇਗਾ ਗੋਭੀ ਨੂੰ ਚੜਾ ਦੂਗਾ ਜਿਹੜੀ ਜਿਆਦੀ ਦੂਰ ਵਾਲੀਆਂ ਨਹੀਂ ਗਈਆਂ ਵੈਜੀਟੇਬਲ ਉਹਨਾਂ ਵਾਸਤੇ ਆ ਦੂਰ ਵਾਲੀਆਂ ਵਾਸਤੇ ਨਹੀਂ ਗਾ ਅਸੀਂ ਵੀ ਅਸੀਂ ਆਮ ਕਹੀਏ ਵੀ ਜੇ ਕਰ ਦੂਗਾ ਉਹ ਐਵੇਂ ਦੀ ਕੋਈ ਗੱਲ ਨਹੀਂ ਜੀ ਜਿਹੜੇ ਨੇੜੇ ਵਾਲੀਆਂ ਉਹਨਾਂ ਨੂੰ ਹੀ ਕੰਮ ਕਰੂਗਾ ਠੀਕ ਹੈ ਮਤਲਬ ਵੀ ਭਿੰਡੀ ਨੂੰ ਕਰ ਦੂਗਾ ਕਿਉਂਕਿ ਭਿੰਡੀ ਵੀ ਕੋਈ ਜ਼ਿਆਦਾ ਦੂਰ ਤੇ ਨਹੀਂ ਹੁੰਦੀ ਗੀ ਹਾਂ ਇਹ ਸਾਡੇ ਆਪਣਾ ਢਿੱਲੋਂ ਪਾਵਰ ਦੀ ਆਪਣੀਆਂ ਸਾਰੀਆਂ ਸਾਡੀਆਂ ਢਲਾਈਆਂ ਜਿਹਦੇ ਵਿੱਚ ਮਤਲਬ ਵੀ ਰੈਡੀਮੇਡ ਕੁਛ ਨਹੀਂ ਹੈਗਾ ਜੀ ਹਾਂਜੀ ਇੱਕ ਹੋਰ ਜੀ ਦੁਨੀਆ ਦੇ ਕਿਸੇ ਵੀ ਵੀਡਰ ਦੇ ਵਿੱਚ ਜਿਹੜਾ ਇੰਜਨ ਦੇ ਵਿੱਚ ਪੱਖਾ ਹੁੰਦਾ ਐਕਸਟਰਾ ਨਹੀਂ ਹੁੰਦਾ ਸਾਡਾ ਐਕਸਟਰਾ ਪੱਖਾ ਵੀ ਨਾਲ ਇਹ ਦਿੰਨੇ ਆ ਜੀ ਨਾਲ ਠੀਕ ਹੈ ਇਹਦਾ ਕੀ ਬੈਨੀਫਿਟ ਮਿਲਦਾ ਦੇਖੋ ਜਿਹੜਾ ਜਿਹੜਾ ਇੰਜਨ ਦੇ ਵਿੱਚ ਕੰਪਨੀ ਵਾਲੋ ਪੱਖਾ ਹੁੰਦਾ ਉਹ ਤੇ ਆਉਂਦਾ ਹੀ ਹੁੰਦਾ ਹਾਂ ਇੰਨੀ ਜਿੰਨੀ ਆ ਉਹ ਦੇ ਰਿਹਾ ਇੰਜਨ ਨੂੰ ਉਹ ਅੱਗੋਂ ਦੇ ਰਿਹਾ ਇਹ ਪਿੱਛੋਂ ਦੀ ਹਵਾ ਡਬਲ ਹਵਾ ਆ ਰਹੀ ਹੈ ਜੀ ਇੰਜਨ ਨੂੰ ਠੰਡਾ ਰੱਖਣ ਵਾਸਤੇ ਠੀਕ ਹੈ ਮੰਨ ਲਓ ਕਿ ਜੇ ਕੋਈ ਰਾਜਸਥਾਨ ਏਰੀਆ ਜਿੱਥੇ ਟੈਂਪਰੇਚਰ ਹਾਈ ਹੋ ਜਾਂਦਾ ਗਰਮੀ ਦੇ ਵਿੱਚ ਜ਼ਿਆਦਾ ਉੱਥੇ ਫਿਰ ਇਹ ਪੱਖਾ ਨਾਲ ਕੰਮ ਕਰਦਾ ਜੀ ਨੂੰ ਠੰਡਾ ਕਰਦਾ ਡਬਲ ਹਾਂ ਤੇ ਜਿਹੜਾ ਇਹਦਾ ਇੰਜਨ ਦਾ ਤੇਲ ਆ ਉਹ ਕਿੰਨੇ ਸਮੇਂ ਬਾਅਦ ਬਦਲਣਾ ਪੈਂਦਾ ਤੇ ਕਿੰਨਾ ਪਹਿਲੀ ਸਰਵਿਸ 10 ਘੰਟੇ ਬਾਅਦ ਉਸ ਤੋਂ ਅਗਲੀ ਸਰਵਿਸ 100 ਘੰਟੇ ਬਾਅਦ ਇੰਜਨ ਚੇਂਜ ਕਰੋ 100 ਘੰਟੇ ਬਾਅਦ 100 ਘੰਟੇ ਬਾਅਦ ਤੁਹਾਡੀ ਚਲਾਈ ਆ ਤੁਸੀਂ ਕਿੰਨਾ ਉਹਨੂੰ ਚਲਾਉਣਾ ਬਾਕੀ ਚਲਾਈ ਦੇ ਉੱਪਰ ਆ 100 ਘੰਟੇ ਬਾਅਦ ਦੂਜੀ ਸਰਵਿਸ ਇਹਦੀ ਕਰੋਗੇ ਮਤਲਬ ਵੀ ਓਰੀਜਨਲ ਇੰਜਨ ਆ ਪਾਵਰਫੁਲ ਇੰਜਨ ਆ ਕੋਈ ਪ੍ਰੋਬਲਮ ਨਹੀਂ ਚਲੋ ਹੌਂਡਾ ਦਾ ਨਾ ਹੀ ਹਾਂਜੀ ਬਹੁਤ ਆ ਜੀ ਹਾਂਜੀ ਤੇ ਕੰਟਰੋਲ ਦਿੱਤੇ ਆ ਇਹ ਕੀ ਚੀਜ਼ ਆ ਇਹ ਇਹਦਾ ਕਲੱਚ ਆ ਜੀ ਅੱਛਾ ਕਲੱਚ ਦਾ ਕੰਮ ਇੰਨਾ ਹੈਗਾ ਜੀ ਜੇ ਤਾਂ ਆਪਾਂ ਥੋੜਾ ਬਹੁਤ ਸਫਰ ਕਰਨਾ ਇਹਦੇ ਨਾਲ ਅੱਗੇ ਚ ਵਧੇਗਾ ਅੱਛਾ ਨਹੀਂ ਤਾਂ ਜਦੋਂ ਗੇਅਰ ਲਾਉਣਾ ਆਮ ਦੇ ਵਿੱਚ ਇੱਥੇ ਲੀਵਰ ਐਵੇਂ ਦਾ ਕੋਈ ਚੱਕਰ ਨਹੀਂਗਾ ਜੀ ਆ ਗੇਅਰ ਲੱਗ ਗਿਆ ਜੀ ਬਸ ਹੁਣ ਚੱਲੇਗਾ ਅੱਗੇ ਆ ਹੁਣ ਆਪਾਂ ਆ ਗੇਅਰ ਲੱਗ ਗਿਆ ਹਾਂ ਬੈਲਟਾਂ ਟਾਈਟ ਹੋ ਗਏ ਹੁਣ ਥੱਲੇ ਗੇਅਰ ਬਾਕਸ ਨੂੰ ਪਾਵਰ ਮਿਲ ਗਈ ਉਹ ਚੱਲਣ ਲੱਗ ਪਏ ਠੀਕ ਆ ਆਈਡਲ ਟਾਈਟ ਹੋ ਗਿਆ ਆਈਡਲ ਟਾਈਟ ਹੋ ਗਿਆ ਜੀ ਕੱਲ ਨੂੰ ਜੇ ਕੋਈ ਬੈਲਟ ਢਿੱਲੀ ਹੁੰਦੀ ਆ ਆਪਾਂ ਆਈਡਲ ਵਿੱਚ ਰਹੀ ਆ ਉਹਨੂੰ ਆਪਾਂ ਅੱਗੇ ਕਰ ਸਕਦੇ ਹਾਂ ਹਾਂ ਠੀਕ ਆ ਜੀ ਹੁਣ ਮਤਲਬ ਵੀ ਆ ਹੁਣ ਆ ਰੁਕ ਗਿਆ ਜੀ ਕਲਾਸ ਦਾ ਕੰਮ ਉਦੋਂ ਆ ਮੇਨ ਬਸ ਜਦੋਂ ਗੇਅਰ ਪਾਉਣਾ ਉਦੋਂ ਲੋੜ ਹੀ ਨਹੀਂ ਜੀ ਮਤਲਬ ਚਲਾਈ ਦੇ ਵਿੱਚ ਦਿੱਕਤ ਨਹੀਂ ਅਗਲੇ ਤੇ ਆ ਇਹਦੀ ਰੇਸ ਆ ਗਈ ਇਹ ਰੇਸ ਹੋ ਗਈ ਜੋ ਕੰਟਰੋਲ ਹੋ ਗਿਆ ਜੀ ਬਸ ਇੰਨਾ ਹੀ ਕੰਮ ਆ ਬੰਦ ਲੋ ਤੇ ਬਸ ਜ਼ਰੂਰਤ ਨਹੀਂ ਬਸ ਆਟੋਮੈਟਿਕ ਲੌਕ ਹੀ ਆ ਜੀ ਤੇ ਬੰਦ ਕਿੱਥੋਂ ਹੁੰਦਾ ਇਹ ਬੰਦ ਆ ਅੱਗੇ ਆ ਆਪਣੇ ਦਾ ਹਾਂਜੀ ਇਹ ਆਉਣਾ ਜੀ ਇੱਥੇ ਆਫ ਆ ਜੀ ਇਹ ਕੰਪਨੀ ਦਾ ਦਿੱਤਾ ਹੋਇਆ ਇਹ ਕੰਪਨੀ ਦਾ ਹਾਂਜੀ ਕੰਪਨੀ ਦਾ ਆ ਇੱਥੇ ਆ ਸਾਡੇ
मतलब एयर ब्रीजर है गेयर बॉक्स की हवा कढ़ने वास्ते असं आह चीज़ उपर लाई है मिट्टी घटे तो भी बचा रहे जी और मतलब भी विच प्रैशर ना बन पाए गेयर बॉक्स के। तुम कि जगह तो है जी? असी जी डिस्ट्रिक्ट श्री गंगानगर तहसील करनपुर तो तकरीबन असी 278 किलोमीटर चल के इतने स्पेशली अल साढ़े नहरा दे होंगे चेयरमैन वो मैं हैगा तो इन यद असी बहुत तारीफ सुनी सी वेखी भी सी यूट्यूब पर भी होंगे रहे भाई साहब उन्होंने कंटैक्ट भी करते रहे अज असी लैन आए हैं मारना काफ़ी महंगा पैंदा उस हिसाब से इन्हों का परफॉर्मेंस वेख के असी काफ़ी स्टडी करके नतीजे ते आए हैं कि अज असी लैके ही जाना सुबह चले इस्तफाक नहीं आए रात गल हो सुबह आ रहे हैं मैं भी आओ वेलकम रात ही कॉल आई उस तो पहले साड़ी कोई पहलों गल कोई 15-20 दिन पहले हुई सी रात इन्हों का कॉल है मैं भी सुबह तुम 12 बजे टाइम देता भाई साहब आर्मी चो मेजर रिटायर हो जी काफ़ी स्टडी किया करके तो फिर क्योंकि जो दो चले गए ना जी इन्नी गरंटी करते हैं कि थोड़े को गंगानगर तो फिर काफ़ी डिमांड आ जाएगी। हाँ जी साढ़े बाकी हाँ गंगानगर डिस्ट्रिक्ट के मेरे ख्याल पीलियां वंगा गंगानगर च ने हनुमानगढ़ पीलियां वंगा अपने काफ़ी पीस साढ़े गए हुए हैं पीलियां वंगा आस पास। हाँ जी तो बाकी चलो इन्हों के हम करनपुर होर मैं ख्याल 150 किलोमीटर अगे है 200 ता सही असं 278 किलोमीटर चल अच्छा 278 किलोमीटर अच्छा वाह जी वाह चलो धन्यवाद जी तुम इन दूरों चल के आए साढ़े ग्रह थोड़ी हाँ जी क्वालिटी है थोड़ी हाँ जी चल के हाँ जी राजस्थान जो 100-100 पीस निकलता ना किसी बंदे नूं पीके के पिंड जी 50-50 दिते होना किदा नहीं चंगा है स्टार्टिंग दे विच हो जांदा जी मुश्किल आउंदा जदो बाहर नूं जांदे आ ना उदों वी वेखदे अमेरिका कनेडा नूं पैक करके भेजदे आ अपना असीं जगतजीत कंपनी दे असीं डिस्ट्रीब्यूटर वी आ नाल जी अच्छा जी और असीं मतलब वी पंजाब तों सब तों पुराने तीसरे नंबर ते पुराने इन्हां दे डीलर आ असीं जगतजीत दे जी ठीक है ठीक है और इत्थे असीं मतलब वी अच्छा अपना जगजीत सेल करते हैं क्योंकि साढ़े कोल नाल इन्हां दा केयर सेंटर भी साढ़े कोल है जगतजीत दा जिहड़ा रिपेयर दा जिहड़े जिहड़े जिन्ने भी सैट ने लेजर लैवलर दे सिस्टम ने उन्हां दी रिपेयर असीं करदे आ। लोकेशन अपनी तलवंडी भाई जीरा रोड डिस्ट्रिक्ट फिरोजपुर ठीक है सामने हाँ जी स्कूल दा ग्राउंड हाँ ग्राउंड है जी सामने तो ये अपना ढिलों एग्रोटैक अपनी फर्म का नाम है ठीक है। हाँ जी 800-601-9100 मोबाइल नंबर नंबर है जी अपना और मतलब अगर हम लेजर लैवलर का अपना टाइम आ रहा उनका साड़ी पूरी तैयारी है उन्हें साढ़े को बेस मॉडल है एक साढ़े को वाईफाई वाला है जी जो ट्रांसमीटर है आप ट्रैक्टर तो ही ऑन ऑफ कर सकते हैं ठीक है जी। एक साढ़ा GPS वाला आ गया मतलब ये साढ़े हम आने वाले समय के बाकी तूड़ी वाली मशीन रीपर हूँ उनका सीजन चल रहा है नवा मॉडल क्या ठीक है ना ये मोटिया मोटिया खासियतें है जी तो बाकी चलो आ सारा प्लेट बॉडी है जी ओके। हाँ जी जो गैर ड्रामा जी वो वन मतलब भी एक ही लेयर लगी आ बाकी वन पीस चो निकलिया हो जी
इसमें एक खासियत है। बाकी ये हो गया जी हूँ साडा लेजर लैवलर आ जी इंडिया के एस स्पोर्ट्स प्लस मॉडल की कार्ड कढ़ने वाली जगजीत कंपनी है जी। ठीक है। एस मॉडल की कार्ड इन्हों सारा प्लेट बॉडी के बनया हुआ जी और मतलब सब तो हैवी ड्यूटी है जी। चलो ठीक है जी, बहुत बहुत धन्यवाद तुहाडा जिहड़ी पूरी जानकारी दित्ती आ इस अपनी रोटावेटर के बारे में। असीं धन्नवाद तुहाडा करना चाहुंदे तुसीं स्पैशल टाइम कढ़ के साडे कोल इत्थे तलवंडी भाई तुसीं पहुँचे हो, तुहाडा तहे दिल तों असीं धन्नवाद करदे हां जी। बाकी जिहड़ियां वीडियो आ चलदियां तुसीं आ तुहाडे चैनल दे विच नाल आपां शॉट देणे आ। हां जी कोई गल्ल, मतलब वी जो असीं गल्लां कर कह रहे हां वो प्रैक्टिकल हैगा, बस असीं प्रैक्टिकल ते विश्वास करांगे। नहीं तां गल्ल है बस। चलो ठीक है जी, वीडियो देखने के लिए तुहाडा बहुत बहुत धन्यवाद जी।